ਰਮ ਸਿੰਘ ਕੰਮਿਆਣੇ ਦਾ ਨਾਵਲ ਹੈ ਸ਼ਹਿਰਵਾਲ ਜਾਂਦੀ ਸੜਕ ਪੰਜਵਾਂ ਅੰਕ ਬੋਲਦੇ ਨਹੀਂ ਪ੍ਰਕਾਸ਼ ਨੇ ਸਵੇਰੇ 5:00 ਵਜੇ ਜਾਗੂ ਮਿੱਟੀ ਚ ਪਏ ਜਗਮੀਤ ਨੂੰ ਆਵਾਜ਼ ਦਿੱਤੀ ਸੋਹਣਿਓ ਬੁਲਾਉਂਗੇ ਤਾਂ ਮੈਂ ਕਿਉਂ ਨਹੀਂ ਬੋਲੂੰਗਾ ਜਗਮੀਤ ਅੱਖਾਂ ਮਲਦਾ ਹਾਸੇ ਦੇ ਅੰਦਾਜ਼ ਚ ਬੋਲਿਆ ਬੇਸ਼ੱਕ ਪ੍ਰਕਾਸ਼ ਪੜ੍ਹੀ ਲਿਖੀ ਔਰਤ ਸੀ ਪਰ ਉਹ ਜਗਮੀਤ ਨੂੰ ਉਸੇ ਤਰ੍ਹਾਂ ਹੀ ਬੁਲਾਉਂਦੀ ਸੀ ਜਿਵੇਂ ਉਹਦੀ ਬੇਬੇ ਉਹਦੇ ਬਾਪੂ ਨੂੰ ਬੁਲਾਉਂਦੀ ਸੀ ਹੱਸਣਾ ਛੱਡੋ ਤੇ ਥੋੜੇ ਸੀਰੀਅਸ ਹੋ ਮੇਰੀ ਤੋਂ ਨਿਕਲਣ ਦਰਦ ਉੱਠ ਕੇ ਸਨ ਬਲੀ ਜਾ ਰਹੀ ਆ ਉੱਠ ਕੇ ਛੇਤੀ ਛੇਤੀ ਤਿਆਰ ਹੋ ਉਹ ਡਾਕਟਰ ਸੁਨੈਨਾ ਦੇ ਹਸਪਤਾਲ ਜਾਣਾ ਪਊ ਪ੍ਰਕਾਸ਼ ਨੇ ਜਗਮੀਤ ਨੂੰ ਅਸਲ ਗੱਲ ਦੱਸੀ 1971 ਇਸਵੀ ਦੇ ਅਗਸਤ ਮਹੀਨੇ ਦਾ ਹਮਸ ਨਿਕਲ ਕੇ ਸਤੰਬਰ ਮਹੀਨੇ ਦੀ ਕੁਝ ਕੁ ਸੁਖਾਵੀਂ ਜੀ ਰੁੱਤ ਸ਼ੁਰੂ ਹੋ ਗਈ ਸੀ ਉਧਰ ਪ੍ਰਕਾਸ਼ ਦੇ ਗਰਭ ਦੀ ਰੁੱਤ ਵੀ 9 ਮਹੀਨੇ ਪਾਰ ਕਰਕੇ 10ਵੇਂ ਮਹੀਨੇ ਚ ਪ੍ਰਵੇਸ਼ ਕਰ ਗਈ ਸੀ ਡਾਕਟਰ ਸੁਨੈਨਾ ਮਿੱਤਲ ਦਾ ਹਸਪਤਾਲ ਜਗਮੀਤ ਨੂੰ ਮਲੇ ਸਰਕਾਰੀ ਕੁਆਟਰ ਤੋਂ ਲਗਭਗ 3 ਕਿਲੋਮੀਟਰ ਦੂਰ ਹੈ ਸੁਨੇਨਾ ਨੇ ਆਧੁਨਿਕ ਸਹੂਲਤਾਂ ਵਾਲਾ ਖੁੱਲਾ ਡੋਲਾ ਹਸਪਤਾਲ ਬਣਾਇਆ ਹੈ ਮਰੀਜ਼ ਦਾਖਲ ਕਰਨ ਵਾਸਤੇ 8 ਬੈੱਡ ਹਨ ਇੱਕ ਆਪਰੇਸ਼ਨ ਰੂਮ ਆਈ ਸੀ ਯੂ ਤੇ ਮੈਡੀਕਲ ਸਟੋਰ ਵਗੈਰਾ ਦਾ ਵੀ ਚੰਗਾ ਪ੍ਰਬੰਧ ਹੈ ਇੱਕ ਜੂਨੀਅਰ ਡਾਕਟਰ ਤਿੰਨ ਨਰਸਾਂ ਦੋ ਹੈਲਪਰ ਇੱਕ ਸਫਾਈ ਸੇਵਕਾਂ ਸਟਾਫ ਤੇ ਸ਼ਾਮਲ ਹੈ ਸੁਨੇਨਾ ਤਜਰਬੇਕਾਰ ਤੇ ਕਾਬਿਲ ਡਾਕਟਰ ਹੋਣ ਦੇ ਨਾਲ ਨਾਲ ਚੰਗੇ ਸੁਭਾਅ ਦੀ ਵੀ ਮਾਲਕ ਹੈ ਆਪਣੀ ਪਤਲੀ ਤੇ ਮਿੱਠੀ ਆਵਾਜ਼ 'ਚ ਮਰੀਜ਼ ਦਾ ਦਿਲ ਜਿੱਤ ਲੈਂਦੀ ਹੈ ਸਜ਼ੇਰੀਅਨ ਆਪਰੇਸ਼ਨ ਵਾਲੀ ਔਰਤ ਵੀ ਬੜੇ ਵਿਸ਼ਵਾਸ ਨਾਲ ਆਪਰੇਸ਼ਨ ਰੂਮ 'ਚ ਜਾਂਦੀ ਹੈ ਉਹ ਸਮਝਦੀ ਹੈ ਡਾਕਟਰ ਸੁਨੈਨਾ ਦੇ ਹੁੰਦੇ ਆ ਉਹਨੂੰ ਕਿਸੇ ਫਿਕਰ ਦੀ ਜ਼ਰੂਰਤ ਨਹੀਂ ਬੇਸ਼ੱਕ ਫਿਰੋਜ਼ਪੁਰ ਵਿਖੇ ਸਰਕਾਰੀ ਹਸਪਤਾਲ ਵੀ ਹੈ ਪਰ ਸ਼ਹਿਰ ਤੇ ਆਸ-ਪੜੋਸ ਦੇ ਪਿੰਡਾਂ ਦੀਆਂ ਔਰਤਾਂ ਡਾਕਟਰ ਸੁਨੈਨਾ ਕੋਲ ਡਿਲੀਵਰੀ ਲਈ ਜਾਂ ਕਿਸੇ ਜਨਾਨਾ ਔਰ ਦੇ ਇਲਾਜ ਲਈ ਵੱਡੀ ਗਿਣਤੀ ਚ ਆਉਂਦੀਆਂ ਹਨ ਆਮ ਬੋਲਚਾਲ ਦੀ ਭਾਸ਼ਾ ਚ ਕਹੀਏ ਸਮਿੱਤਲ ਗਾਇਨੀ ਹਸਪਤਾਲ ਵਾਧੂ ਚੱਲ ਰਿਹਾ ਹੈ। ਜਗਮੀਤ ਦੇ ਪ੍ਰਕਾਸ਼ ਜਲਦੀ ਜਲਦੀ ਤਿਆਰ ਹੋ ਗਏ। ਸਕੂਟਰ ਤੇ ਮਗਰ ਬੈਠ ਜਾਂਗੇ ਕਿ ਕਾਰ ਦਾ ਪ੍ਰਬੰਧ ਕਰਾਂ। ਜਗਮੀਤ ਨੇ ਕਿਹਾ ਤਾਂ ਪ੍ਰਕਾਸ਼ ਬੋਲੀ ਤੁਸੀਂ ਜਲਦੀ ਜਲਦੀ ਸਕੂਟਰ ਕੱਢੋ ਕਾਰਾਂ ਕੂਰਾਂ ਦੀ ਕੋਈ ਲੋੜ ਨਹੀਂ। ਪ੍ਰਕਾਸ਼ ਸਵੇਰੇ 7 ਵਜੇ ਹਸਪਤਾਲ ਪਹੁੰਚ ਗਈ ਸੀ ਪਰ ਡਿਲੀਵਰੀ ਬਾਅਦ ਦੁਪਹਿਰ 3 ਵਜੇ ਹੋਈ। ਡਿਲੀਵਰੀ ਨਾਰਮਲੀ ਹੋ ਗਈ ਸੀ। ਪ੍ਰਕਾਸ਼ ਨੇ ਖੂਬਸੂਰਤ ਤੇ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ ਸੀ। ਡਿਲੀਵਰੀ ਰੂਮ ਤੋਂ ਬਾਹਰ ਆ ਰਹੀ ਡਾਕਟਰ ਸੁਨੇਨਾ ਨੇ ਝਿਜਕਦਿਆਂ ਝਿਜਕਦਿਆਂ ਜਗਮੀਤ ਨੂੰ ਲੜਕੀ ਦੇ ਜਨਮ ਦੀ ਵਧਾਈ ਦਿੱਤੀ ਜੇ ਮੁੰਡਾ ਹੋਇਆ ਹੁੰਦਾ ਤਾਂ ਉਹਨੇ ਜੈਕਾਰਾ ਗੰਜਾਉਣ ਵਾਂਗ ਜ਼ੋਰਦਾਰ ਵਧਾਈ ਦੇਣੀ ਸੀ ਡਾਕਟਰ ਸੁਨੇਨਾ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਦੋਂ ਡਿਲੀਵਰੀ ਹੋਣ ਉਪਰੰਤ ਬਾਹਰ ਆਉਂਦੀ ਹੈ ਤਾਂ ਔਰਤ ਦੇ ਪਰਿਵਾਰਕ ਮੈਂਬਰ ਉਹਦੇ ਮੂੰਹ ਇਹੋ ਵਾਕ ਸੁਣਨਾ ਚਾਹੁੰਦੇ ਹੈ ਵਧਾਈ ਹੋਵੇ ਜੀ ਕਾਕਾ ਹੋਇਆ ਉਹਨੇ ਆਪਣੀ 15 ਮਰਿਆਂ ਦੀ ਪ੍ਰੈਕਟਿਸ ਦੌਰਾਨ ਘੱਟ ਹੀ ਪਰਿਵਾਰ ਦੇਖੇ ਜਿਹੜੇ ਲੜਕੀ ਹੋਣ ਤੇ ਖੁਸ਼ ਹੋਏ ਹੋਣ ਖੈਰ ਜਗਮੀਤ ਵੀ ਇਹਨਾਂ ਘੱਟ ਪਰਿਵਾਰਾਂ ਦਾ ਵਿਅਕਤੀਆਂ ਚੋਂ ਇੱਕ ਸੀ ਉਹਨੇ ਨਾ ਸਿਰਫ ਡਾਕਟਰ ਸੁਨੇਨਾ ਦੀ ਵਧਾਈ ਕਬੂਲ ਕੀਤੀ ਸਗੋਂ ਹਸਪਤਾਲ ਦੇ ਸਟਾਫ ਮੈਂਬਰਾਂ ਨੂੰ ਬਣਦੀ ਸਰਦੀ ਰਕਮ ਵੀ ਵਧਾਈ ਵਜੋਂ ਦਿੱਤੀ ਜਗਮੀਤ ਆਪਣੀ ਪਤਨੀ ਨੂੰ ਉਦੋਂ ਹੀ ਮਿਲ ਸਕਿਆ ਜਦੋਂ ਉਹਨੂੰ ਡਿਲੀਵਰੀ ਰੂਮ ਤੋਂ ਵਾਰਡ ਤੇ ਸ਼ਿਫਟ ਕਰ ਦਿੱਤਾ ਗਿਆ ਲੜਕੀ ਪਹਿਲਾਂ ਹੀ ਹਸਪਤਾਲ ਦੇ ਸਟਾਫ ਨੇ ਜਗਮੀਤ ਦੇ سپرد ਕਰ ਦਿੱਤੀ ਸੀ ਜਗਮੀਤ ਨੇ ਦੇਖਿਆ ਕਿ ਪ੍ਰਕਾਸ਼ ਕੁ ਜੋ ਉਦਾਸ ਲੱਗਦੀ ਹੈ ਕਮਲਿਏ ਉਦਾਸੀ ਕਿਸ ਗੱਲ ਦੀ ਆਪਣੇ ਘਰ ਫੁੱਲ ਵਰਗੀ ਲక్ష్ਮੀ ਆਈ ਹੈ ਪ੍ਰਕਾਸ਼ ਜਗਮੀਤ ਦੇ ਹੌਸਲੇ ਭਰੇ ਬੋਲ ਸੁਣ ਕੇ ਹੌਲੀ-ਹੌਲੀ ਸੰਭਲ ਗਈ ਤੇ ਉਹਦੇ ਚਿਹਰੇ ਉੱਤੇ ਉਦਾਸੀ ਦੇ ਪਰਛਾਵੇਂ ਦੀ ਥਾਂ ਖੁਸ਼ੀ ਦੀ ਚਮਕaar ਆ ਗਈ ਮੀਆਂ ਬੀਵੀ ਨੇ ਲੜਕੀ ਜਾਂ ਲੜਕਾ ਹੋਣ ਦੀ ਸੂਰਤ ਵਿੱਚ ਦੋਵਾਂ ਤਰ੍ਹਾਂ ਦੇ ਨਾਮ ਪਹਿਲਾਂ ਹੀ ਸੋਚ ਰੱਖੇ ਰੱਖੇ ਸਨ ਪਹਿਲਾਂ ਹੀ ਰੱਖੇ ਗਏ ਨਾਂ ਅਨੁਸਾਰ ਲੜਕੀ ਦਾ ਨਾਂ ਨਵਰੋਜ਼ ਕੌਰ ਰੱਖਿਆ ਗਿਆ ਨਵਰੋਜ਼ ਦੀ ਸ਼ਕਲ ਆਪਣੇ ਮਾਤਾ ਪਿਤਾ ਦੇ ਮੁਹੰਦਰੇ ਦਾ ਮਿਲ ਗੋਭਾ ਜਾ ਜਾਂਦੀ ਹੈ 1971 ਇਸਵੀ ਦਾ ਨਵੰਬਰ ਮਹੀਨਾ ਦਿਨ ਦੇ ਮੌਸਮ ਚ ਜੇ ਥੋੜੀ ਬਹੁਤੀ ਤਪਸ਼ ਬਾਕੀ ਹੈ ਪਰ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਕੋਲਰ ਤਾਂ ਕਦੋਂ ਦੇ ਬੰਦ ਸਨ ਹੁਣ ਤਾਂ ਪੱਖੇ ਦਾ ਬਟਨ ਦੱਬਣ ਦੀ ਵੀ ਲੋੜ ਮਹਿਸੂਸ ਨਹੀਂ ਹੁੰਦੀ ਜਗਮੀਤ ਤੇ ਪ੍ਰੋਫੈਸਰ ਸ਼ਰਮਾ ਆਪਣੇ ਕਾਲਜ ਵੱਲੋਂ ਅਲਾਰਟ ਹੋਏ ਕੁਆਟਰਾਂ ਦੇ ਸਾਹਮਣੇ ਲੌਂਜ ਪਲਾਸਟਿਕ ਦੀਆਂ ਕੁਰਸੀਆਂ ਢਾਕੇ ਬੈਠੇ ਹਨ ਅੱਜ ਐਤਵਾਰ ਦਾ ਦਿਨ ਹੈ ਦੋਵੇਂ ਜਣੇ ਛੁੱਟੀ ਮਨਾ ਰਹੇ ਹਨ ਸੂਰਜ ਛਿਪਣ ਪਿੱਛੋਂ ਅਸਮਾਨ ਦੇ ਪੱਛਮੀ ਪਾਸੇ ਦੇ ਦਾਖੇ ਜੇ ਹੋ ਗਏ ਰੰਗ ਚ ਦੋਵੇਂ ਜਣੇ ਆਪਣੀਆਂ ਗੱਲਾਂ ਦੇ ਰੰਗ ਖਿਲਾਰ ਰਹੇ ਹਨ ਉੱਥੇ ਬੈਠਿਆਂ ਹੀ ਜਗਮੀਤ ਦੀ ਸੱਸ ਚਾਫੜਾ ਗਈ ਪ੍ਰਕਾਸ਼ ਨੇ ਆਪਣੀ ਤੇ ਬੱਚੀ ਦੀ ਸਾਂਭ ਸੰਭਾਲ ਲਈ ਪੇਕੇ ਸੁਣਿਆ ਭੇਜ ਕੇ ਆਪਣੀ ਮਾਂ ਨੂੰ ਮੰਗਵਾ ਲਿਆ ਉਡੀ ਉਮਰ ਭਾਵੇਂ ਵੱਡੀ ਹੈ ਪਰ ਸਿਹਤ ਅਜੇ ਠੀਕ ਪਈ ਹੈ ਇਸੇ ਲਈ ਸਾਰੇ ਕੰਮ ਕਾਜ ਉਹ ਪਲਾਂਚ ਨਿਬੇੜ ਲੈਂਦੀ ਹੈ ਉਹਨੂੰ ਜਗਮੀਤ ਦੇ ਘਰ ਹਰ ਤਰ੍ਹਾਂ ਦੀ ਸਹੂਲਤ ਹੈ ਬਸ ਘਟ ਇੱਕੋ ਗੱਲ ਹੈ ਦੀ ਹੈ ਕਿ ਗੱਲਾਂ ਕਰਨ ਲਈ ਪਿੰਡ ਵਾਂਗ ਕੋਈ ਆਪਣੇ ਵਰਗੀ ਤੀਵੀ ਉਹਨੂੰ ਨਹੀਂ ਦਿਸਦੀ ਕਦੇ ਕਦੇ ਪ੍ਰਕਾਸ਼ ਕੋਲ ਬੈਠ ਕੇ ਪਿੰਡ ਦੀ ਦੀ ਅੰਗਲੀ ਗੋਣ ਦੀਆਂ ਤੇ ਲੜਾਕੀ ਨੂੰ ਦੀਆਂ ਗੱਲਾਂ ਕਰਦੀ ਹੈ ਪਰ ਪ੍ਰਕਾਸ਼ ਜਲਦੀ ਉਕਤਾ ਜਾਂਦੀ ਹੈ ਤੇ ਸੁੱਤੇ ਹੋਣ ਦਾ ਬਹਾਨਾ ਕਰਦੀ ਹੈ ਕੋਟ ਸਾਹਿਬ ਲੱਗਦਾ ਜੰਗ ਵੀ ਲੱਗ ਕੇ ਹਟੋ ਪ੍ਰੋਫੈਸਰ ਸ਼ਰਮਾ ਨੇ ਆਪਣੀ ਸੰਸਾ ਜ਼ਾਹਰ ਕੀਤਾ ਪਛਮੀ ਬੰਗਾਲ ਜਿਹਨੂੰ ਅੰਗਰੇਜ਼ਾਂ ਨੇ ਬੰਗਾਲ ਨਾਲੋਂ ਤੋੜ ਕੇ 1947 ਈਸਵੀ ਚ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ ਸੀ ਇਹਨੀ ਦਿਨੀ ਜੰਗਲ ਦੀ ਅੱਗ ਵਾਂਗੂ ਵੱਲ ਰਿਹਾ ਸੀ ਪਾਕਿਸਤਾਨ ਦੀ ਸਰਕਾਰ ਤੇ ਫੌਜਦਿਆਂ ਵਧੇਕੀਆਂ ਕਾਰਨ ਬੰਗਾਲੀਆਂ ਚ ਰੋਸ ਦੀ ਲਹਿਰ ਫੈਲ ਗਈ ਉਹਨਾਂ ਨੇ ਆਜ਼ਾਦ ਬੰਗਲਾਦੇਸ਼ ਬਣਾਉਣ ਲਈ ਮੁਕਤੀ ਵਾਹਿਣੀ ਨਾਂ ਦੀ ਹਥਿਆਰਬੰਦ ਸੈਨਾ ਬਣਾ ਕੇ ਪਾਕਿਸਤਾਨੀ ਫੌਜ ਨਾਲ ਅੱਡਾ ਲਾਉਣਾ ਸ਼ੁਰੂ ਕਰ ਦਿੱਤਾ ਪਾਕਿਸਤਾਨੀ ਫੌਜ ਦੇ ਅਣਮਨੁੱਖੀ ਜ਼ੁਲਮ ਦੀ ਭੇਟ ਹਜ਼ਾਰਾਂ ਬੰਗਾਲੀ ਚੜ ਰਹੇ ਸਨ ਫੌਜ ਦੀ ਕਰੂਰ ਗੋਲੀ ਬੱਚੇ ਬੁੱਢੇ ਤੇ ਬਜ਼ੁਰਗ ਦਾ ਕੋਈ ਲਿਹਾਜ਼ ਨਹੀਂ ਸੀ ਕਰਦੀ ਬੰਗਾਲੀ ਔਰਤਾਂ ਦੀ ਆਬਰੂ ਪਾਕਿਸਤਾਨੀ ਸੈਨਾ ਵੱਲੋਂ ਮਿੱਟੀ 'ਚ ਮਲਾਈ ਜਾ ਰਹੀ ਸੀ ਇਸ ਸਮੇਂ ਭਾਰਤੀ ਹਕੂਮਤ ਦੀ ਵਾਗਡੋਰ ਸ਼੍ਰੀਮਤੀ ਇੰਦਰਾ ਗਾਂਧੀ ਦੇ ਹੱਥ 'ਚ ਸੀ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਦੀ ਮੀਟਿੰਗ ਕਰਕੇ ਬੰਗਲਾਦੇਸ਼ ਨੂੰ ਆਜ਼ਾਦ ਮੁਲਕ ਬਣਾਉਣ ਦਾ ਫੈਸਲਾ ਕੀਤਾ ਕਈਆਂ ਦੇ ਕਹਿਣ ਮੁਤਾਬਕ ਮੁਕਤੀ ਬਾਹਣੀ ਦੀ ਮਦਦ ਲਈ ਆਪਣੀ ਸੈਨਾ ਦੇ ਕਈ ਅਫਸਰ ਤੇ ਜਵਾਨ ਵੀ ਸਿਵਲ ਡਰੈਸ ਪਛਮੀ ਬੰਗਾਲ ਭੇਜ ਦਿੱਤੇ ਭਾਰਤ ਦੀ ਇਸ ਨੀਤੀ ਦੇ ਵਿਰੋਧ ਚ ਪਾਕਿਸਤਾਨ ਭਾਰਤ ਨਾਲ ਸਿੱਧਾ ਯੁੱਧ ਕਰਨ ਦੀ ਤਿਆਰੀ ਕਰਨ ਲੱਗਾ ਫਿਰੋਜ਼ਪੁਰ ਸਰਹੱਦੀ ਸ਼ਹਿਰ ਹੋਣ ਕਾਰਨ ਖਤਰੇ ਦੇ ਪਰਛਾਵੇਂ ਹੇਠ ਸੀ ਲੱਗੂ ਕੀ ਸਮਝੋ ਲੱਗੀ ਕਿ ਲੱਗੀ ਹੁਣ ਤਾਂ ਉਹਨਾਂ ਪਲਾਂ ਦਾ ਇੰਤਜ਼ਾਰ ਆ ਜਦੋਂ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਦਾ ਕੰਨ ਪਾੜਵਾ ਸ਼ੋਰ ਸੁਣਾਈ ਦੇਗਾ ਜਗਮੀਤ ਨੇ ਪ੍ਰੋਫੈਸਰ ਸ਼ਰਮਾ ਦੀ ਗੱਲੇ ਗੱਲ ਨੂੰ ਅੱਗੇ ਤੋਰਿਆ ਫਿਰੋਜ਼ਪੁਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇਹ ਸਰਹੱਦ ਦੀ ਸ਼ਹਿਰ ਹੈ ਰਣਜੀਤ ਸਿੰਘ ਦੇ ਰਾਜ ਦੀ ਹੱਦ ਤੇ ਬ੍ਰਿਟਿਸ਼ ਸਰਕਾਰ ਦੇ ਅਧੀਨ ਫਿਰੋਜ਼ਪੁਰ ਸ਼ਹਿਰ ਦੇ ਉਹ 40 ਸਤਲੁਜ ਦਰਿਆ ਵਗਦਾ ਸੀ ਮਹਾਰਾਜਾ ਤੇ ਬ੍ਰਿਟਿਸ਼ ਹਕੂਮਤ ਵਿਚਾਲੇ ਹੋਈ ਸੰਧੀ ਪਿਛੋਂ ਰਣਜੀਤ ਸਿੰਘ ਦੀਆਂ ਰਾਜਸੀ ਸਰਗਰਮੀਆਂ ਸਿਰਫ ਸਤਲੁਜ ਦੇ ਪਛਮੀ ਪਾਸੇ ਤੱਕ ਸੀਮਤ ਹੋ ਗਈਆਂ ਸਨ ਇਹ ਸੰਧੀ 25 ਅਪ੍ਰੈਲ 1809 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਈ ਸੀ ਜਿਸ ਅਨੁਸਾਰ ਇੱਕ ਦੂਜੇ ਦੇ ਇਲਾਕੇ 'ਚ ਦਖਲ ਨਹੀਂ ਸੀ ਦਿੱਤਾ ਜਾ ਸਕਦਾ 1806-7 ਈਸਵੀ 'ਚ ਮਹਾਰਾਜਾ ਰਣਜੀਤ ਸਿੰਘ ਦੇ دیਵਾਨ ਮੁਕਮ ਚੰਦ ਨੇ ਸਤਲੁਜ ਪਾਰ ਕਰਕੇ ਜ਼ੀਰਾ ਮੁਕਸਰ ਕੋਟਕਪੁਰਾ ਦਾ ਇਲਾਕਾ ਆਪਣੇ ਕਬਜ਼ੇ 'ਚ ਕਰ ਲਿਆ ਸੀ 26 ਸਤੰਬਰ 1808 ਨੂੰ ਫਰੀਦਕੋਟ ਵੀ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ 'ਚ ਆ ਗਿਆ ਸੀ ਮਹਾਰਾਜੇ ਨੇ ਆਪਣੇ ਦੀਵਾਨ ਮੁਕਮ ਚੰਦ ਨੂੰ ਫਰੀਦਕੋਟ ਜ਼ਗੀਰ ਵਜੋਂ ਦੇ ਦਿੱਤਾ ਤੇ ਫਰੀਦਕੋਟ ਦੇ ਹਾਰੇ ਹੋਏ ਹੁਕਮਰਾਨ ਗੁਲਾਬ ਸਿੰਘ ਨੂੰ ਗੁਜ਼ਾਰੇ ਲਈ ਪੰਜ ਪਿੰਡ ਦੇ ਦਿੱਤੇ ਅੰਮ੍ਰਿਤਸਰ ਦੀ ਸੰਧੀ ਪਿੱਛੋਂ ਮੁਕਮ ਚੰਦ ਦੀਵਾਨ ਨੂੰ ਅਨਮਨੇ ਦਿਲ ਨਾਲ ਫਰੀਦਕੋਟ ਦੇ ਕਿਲੇ 'ਚੋਂ ਨਿਕਲਣਾ ਪਿਆ ਤੇ ਅੰਗਰੇਜ਼ ਸ਼ਾਸਕਾਂ ਨੇ ਫਰੀਦਕੋਟ ਮੁੜ ਗੁਲਾਬ ਸਿੰਘ ਨੂੰ ਦੇ ਦਿੱਤਾ ਅੰਗਰੇਜ਼ਾਂ ਨੇ ਫਰੀਦਕੋਟ ਉਹਨੂੰ ਤੋਹਫ਼ੇ ਵਜੋਂ ਨਹੀਂ ਸੀ ਦਿੱਤਾ ਸਗੋਂ ਕੁਝ ਸ਼ਰਤਾਂ ਰੱਖੀਆਂ ਗੰਨਿਆ ਸਨ ਉਹਨਾਂ ਸ਼ਰਤਾਂ ਜੋ ਇੱਕੇ ਵੀ ਸੀ ਕਿ ਬ੍ਰਿਟਿਸ਼ ਹਕੂਮਤ ਜਦ ਵੀ ਕਿਸੇ ਰਾਜੇ ਆਦ ਨਾਲ ਯੁੱਧ ਕਰੇਗੀ ਤਾਂ ਗੁਲਾਬ ਸਿੰਘ ਉਸ ਲੜਾਈ 'ਚ ਮਦਦ ਲਈ ਆਪਣੀ ਫੌਜ ਤੇ ਹੋਰ ਸਹਾਇਤਾ ਭੇਜਣ ਲਈ پابੰਦ ਰਹੇਗਾ ਪਟਿਆਲੇ ਤੋਂ ਲੈ ਕੇ ਫਰੀਦਕੋਟ ਤੱਕ ਦਾ ਮਾਲਵੇ ਦਾ ਇਲਾਕਾ ਸਿੱਧੇ ਰੂਪ 'ਚ ਨਾ ਤਾਂ ਅੰਗਰੇਜ਼ਾਂ ਦੇ ਅਧੀਨ ਰਿਹਾ ਨਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੁਣ ਜੇ ਸਿੱਧੇ ਰੂਪ 'ਚ ਬ੍ਰਿਟਿਸ਼ ਹਕੂਮਤ ਦਾ ਇਸ 'ਚ ਪੂਰਾ ਦਖਲ ਸੀ ਅਸਲ ਰਣਜੀਤ ਸਿੰਘ ਸਤਲੁਜ ਦੇ ਪੱਛਮ ਵੱਲ ਦੇ ਯਾਨੀ ਕਿ ਪੱਛਮੀ ਪੰਜਾਬ ਦਾ ਬਾਦਸ਼ਾਹ ਸੀ ਮਾਝੇ ਦੇ ਨਾਲ-ਨਾਲ ਕੁਝ ਕੋਈ ਇਲਾਕਾ ਦੁਆਬੇ ਦਾ ਤੇ ਪੁਆਧਾ ਵੀ ਉਹਦੇ ਰਾਜ ਦੀ ਸੀਮਾ 'ਚ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਦੇ ਕੁਝ ਵਰਿਆਂ ਬਾਅਦ ਹੀ ਸ਼ਾਹੀ ਪਰਿਵਾਰ ਦੀ ਖਾਨਾ ਜੰਗੀ ਤੇ ਕੁਝ ਗੱਦਾਰ ਦਰਬਾਰੀਆਂ ਦੀਆਂ ਚਾਲਾਂਕਾਰਨ ਲਾਹੌਰ ਦਰਬਾਰ ਦੇ ਹੱਥੋਂ ਹਕੂਮਤ ਗਵਾਚਣ ਲੱਗੀ ਸਾਲ 1948 'ਚ ਜਦ ਫੇਰੂ ਸ਼ਹਿਰ ਤੇ ਮੁਦਕੀ ਦੇ ਇਲਾਕੇ 'ਚ ਅੰਗਰੇਜ਼ ਫੌਜ ਤੇ ਲਾਹੌਰ ਦਰਬਾਰ ਦੀਆਂ ਫੌਜਾਂ ਵਿੱਚ ਘਾਰ-ਯੁੱਧ ਹੋਇਆ। ਉਸ ਸਮੇਂ ਫਰੀਦਕੋਟ ਦਾ ਹੁਕਮਰਾਨ ਪਹਾੜ ਸਿੰਘ ਸੀ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ 'ਚ ਲਿਖਿਆ ਹੈ। ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰਸਾਲੀ। ਇਸ ਬੈਂਤ ਨਾਲ ਜੁੜੀਆਂ ਘਟਨਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਫਿਰੂ ਸ਼ਹਿਰ ਦੀ ਲੜਾਈ ਵਿੱਚ ਪਹਾੜ ਸਿੰਘ ਨੇ ਅੰਗਰੇਜ਼ ਹਕੂਮਤ ਦੀ ਮਦਦ ਕੀਤੀ ਸੀ। ਮੈਦਾਨ 'ਚੋਂ ਸਿੱਖ ਫੌਜ ਤੇ ਅੰਗਰੇਜ਼ ਫੌਜ ਦੋਨੋਂ ਹੀ ਪਾਸੇ ਹੋ ਗਈਆਂ ਸੀ। ਪਰ ਪਹਾੜ ਸਿੰਘ ਨੇ ਪੁੱਠੇ ਪੈਰੀ ਭੱਜੀ ਜਾ ਰਹੀ ਅੰਗਰੇਜ਼ ਫੌਜ ਤੇ ਉਹਨਾਂ ਦੇ ਜਰਨੈਲ ਟੁੰਡੀ ਲਾਟ ਨੂੰ ਸਿੱਖ ਫੌਜ ਦੀ ਮਾੜੀ ਸਥਿਤੀ ਤੇਜਾ ਸਿੰਘ ਵਰਗੇ ਜਰਨੈਲਾਂ ਦੀ ਗਦਾਰੀ ਕਾਰਨ ਬਾਰੇ ਦੱਸ ਕੇ ਵਾਪਸ ਮੋੜ ਲਿਆਂਦਾ ਤੇ ਫਿਰੋਜ਼ਪੁਰ ਉੱਤੇ ਉਹਨਾਂ ਦਾ ਮੁੜ ਕਬਜ਼ਾ ਕਰਵਾ ਦਿੱਤਾ ਵੇਖਿਆ ਜਾਏ ਤਾਂ ਪਹਾੜ ਸਿੰਘ ਦੀ ਸੋਚ ਇੱਕ ਸਿੱਖ ਵਾਲੀ ਨਾ ਹੋ ਕੇ ਉਸ ਸਮੇਂ ਦੇ ਖੁਕਮਰਾਨ ਵਾਲੀ ਸੀ ਉਹ ਸਮਝਦਾ ਸੀ ਕਿ ਜੇ ਲਾਹੌਰ ਦਰਬਾਰ ਦੀ ਫੌਜ ਵਿੱਚ ਇਹ ਯੁੱਧ ਜਿੱਤ ਗਈ ਤਾਂ ਮੇਰਾ ਰਾਜ ਭਾਗ ਉਹ ਮੇਰੇ ਪੂਰਵਜ ਗੁਲਾਬ ਸਿੰਘ ਵਾਂਗ ਮੇਰੇ ਤੋਂ ਵੀ ਖੋ ਲੈਣਗੇ ਨਿੱਕੇ-ਨਿੱਕੇ ਹਕਮਰਾਨਾਂ 'ਚ ਰਾਸ਼ਟਰਵਾਦ ਵਰਗਾ ਕੋਈ ਜਜ਼ਬਾ ਨਹੀਂ ਸੀ ਉਦੋਂ ਜਦੋਂ ਪੰਜਾਬ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵਾਲੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤਾਂ ਫਿਰੋਜ਼ਪੁਰ ਸਰਹੱਦੀ ਸ਼ਹਿਰ ਦੀ ਤਾਂ ਇਹ ਕਾਮ ਸ਼ਹਿਰ ਹੋ ਗਿਆ ਪਰ 1947 'ਚ ਹੋਈ ਪੰਜਾਬ ਦੀ ਵੰਡ ਵਿੱਚੋਂ ਫਿਰੋਜ਼ਪੁਰ 7 ਤੋਂ 8 ਕਿਲੋਮੀਟਰ ਪੱਛਮ ਵੱਲ ਵਗਦਾ ਸਤਲੁਜ ਦਰਿਆ ਮੁੜ ਇੱਕ ਸਰਹੱਦ ਬਣ ਗਿਆ ਨਵੇਂ ਬਣੇ ਦੇਸ਼ ਪਾਕਿਸਤਾਨ ਤੇ ਭਾਰਤ ਵਿਚਕਾਰ ਜਦ ਕਦੀ ਵੀ ਦੋਹਾਂ ਦੇਸ਼ਾਂ ਵਿਚਾਲੇ ਜੰਗ ਦੇ ਹਾਲਾਤ ਪੈਦਾ ਹੁੰਦੇ ਹੈ ਤਫਰੂਜ਼ਪੁਰ ਫਾਜ਼ਿਲਕਾ ਇਲਾਕੇ ਦੇ ਸਰਹੱਦੀ ਨਾਗਰਿਕਾਂ ਲਈ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਸਨ 47 ਵੇਲੇ ਵੀ ਪੰਜਾਬ 'ਚ ਜੋ ਕਟਾਵੜੀ ਹੋਈ ਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵਹਿਸ਼ੀਆਂ ਵੱਲੋਂ ਖਿਲਵਾੜ ਕੀਤਾ ਜਾਂਦਾ ਰਿਹਾ ਉਹਦਾ ਕੇਂਦਰ ਬਿੰਦੂ ਫਿਰੋਜ਼ਪੁਰ ਫਾਜ਼ਿਲਕਾ ਦਾ ਇਲਾਕਾ ਹੀ ਸੀ ਲਾਹੌਰ ਵੱਲੋਂ ਆਉਂਦੇ ਹਿੰਦੂ ਸਿੱਖ ਸਤਲੁਜ ਪਾਰ ਕਰਕੇ ਜਦ ਫਿਰੋਜ਼ਪੁਰ ਪਹੁੰਚ ਜਾਂਦੇ ਸੀ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਤੋਂ ਲਾਹੌਰ ਵੱਲ ਜਾ ਰਹੇ ਮੁਸਲਮਾਨ ਸ਼ਰਨਾਰਥੀ ਜਦ ਸਤਲੁਜ ਪਾਰ ਕਰਕੇ ਉਹਦੇ ਪੱਛਮੀ ਕਿਨਾਰੇ ਤੇ ਪੈਰ ਧਰਦੇ ਸੀ ਖੁਦ ਨੂੰ ਬਚ ਗਿਆ ਮਹਿਸੂਸ ਕਰਦੇ ਸੀ ਨਵੰਬਰ 1971 ਦੇ ਅਖੀਰਲੇ ਹਫ਼ਤੇ ਦੇ ਅਖੀਰਲੇ ਦਿਨ ਸਤਲੁਜ ਦੇ ਪੱਛਮ ਵਾਲੇ ਪਾਸੇ ਦੀ ਸਰਹੱਦ ਉੱਪਰ ਪਾਕਿਸਤਾਨੀ ਫੌਜ ਦੇ ਟੈਂਕਾਂ ਤੇ ਤੋਪਾਂ ਦੀਆਂ ਹਲਚਲ ਹੋਣ ਲੱਗੀਆਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰਾਤ ਨੂੰ ਬਲੈਕਆਊਟ ਰੱਖਣ ਦੇ ਆਦੇਸ਼ ਦਿੱਤੇ ਗਏ ਤੇ ਨਾਲ ਦੀ ਨਾਲ ਇਹ ਇਲਾਕਾ ਛੱਡ ਕੇ ਪਿੱਛੇ ਵੱਲ ਸੁਰੱਖਿਅਤ ਥਾਵਾਂ ਵੱਲ ਜਾਣ ਲੱਗ ਪਿਆ ਜਾਣ ਲੱਗਾ ਸਰਹੱਦੀ ਇਲਾਕੇ ਦੇ ਲੋਕ ਪਹਿਲਾਂ ਵੀ ਸਨ 1965 ਚਜੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਸਨ ਸਰਹੱਦੀ ਪਿੰਡਾਂ ਦੇ ਲੋਕ ਟਰੈਕਟਰ ਟਰਾਲੀ ਜਾਂ ਗੱਡੀਆਂ 'ਅਦ ਉੱਪਰ ਆਪਣਾ ਜ਼ਰੂਰੀ ਸਮਾਨ ਲੱਦ ਕੇ ਫਰੀਦਕੋਟ ਬਠਿੰਡਾ ਵਾਲ ਆਪਣੀਆਂ ਰਿਸ਼ਤੇਦਾਰੀਆਂ 'ਚ ਜਾਣ ਲੱਗੇ। ਰੁਪਈਏ ਪੈਸੇ, ਸੋਨੇ ਦੇ ਗਹਿਣੇ, ਨਵੇਂ ਕੱਪੜੇ, ਪਸ਼ੂ ਅਨਾਜ, ਜ਼ਰੂਰੀ ਕਾਗਜ਼ਾਤ, ਵਸਤਾਂ ਇਹ ਸਮਾਨ 'ਚ ਸ਼ਾਮਲ ਸਨ। ਇਹ ਸਭ ਵਸਤਾਂ ਜਿੱਥੇ ਦੂਜੇ ਥਾਂ ਤੇ ਕੰਮ ਆਉਂਦੀਆਂ ਸਨ, ਉਥੇ ਘਰ ਪਈਆਂ ਰਹਿਣ ਨਾਲ ਲੁੱਟੇ ਜਾਣ ਦਾ ਡਰ ਸੀ। ਸਰਹੱਦੀ ਏਰੀਏ ਦੇ ਸਕੂਲਾਂ ਕਾਲਜਾਂ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਸੀ ਜਗਮੀਤ ਤੇ ਪ੍ਰੋਫੈਸਰ ਸ਼ਰਮਾ ਵੀ ਆਪਣੇ ਪਰਿਵਾਰਾਂ ਸਮੇਤ ਆਪੋ ਆਪਣੇ ਪਿੰਡ ਚਲੇ ਗਏ ਸਨ ਜਗਮੀਤ ਦੀ ਸੱਸ ਵੀ ਉਹਨਾਂ ਦੇ ਨਾਲ ਹੀ ਜਗਮੀਤ ਦੇ ਜੱਦੀ ਪਿੰਡ ਆ ਗਈ ਸੀ ਅੰਗ 6ਵਾਂ ਸੁਨਾਵੀ ਕੋਚਾ ਕੀ ਹਾਲ ਹੈ ਤੇਰੇ ਬੰਬਾਂ ਤੋਂ ਡਰਦਾ ਖੀਰੀ ਪਿੰਡ ਵਾਲੀ ਮੁੜਿਆ ਠੀਕੇ ਅਮਲੀ ਨੇ ਖੇਤਾਂ ਵੱਲੋਂ ਜਗਮੀਤ ਨੂੰ ਕਿਹਾ ਸਵੇਰ ਦਾ ਸਮਾਂ ਪੂਰਬ ਵਾਲੇ ਪਾਸਿਓਂ ਸੂਰਜ ਅਸਮਾਨ 'ਚ 15-20 ਫੁੱਟ ਦੀ ਉਚਾਈ ਤੇ ਦਿਸ ਰਿਹਾ ਸੀ। ਬਿਰਖਾਂ ਤੋਂ ਪੰਛੀ ਉਡਾਰੀ ਮਾਰ ਕੇ ਇੱਧਰ-ਉੱਧਰ ਹੋ ਰਹੇ ਸਨ। ਗਿੱਟ-ਗਿੱਟ ਲੰਮੀਆਂ ਹੋ ਗਈਆਂ ਕਣਕਾਂ ਉੱਪਰ ਤਰੇਲ ਦੇ ਤੁਪਕੇ ਮੋਤੀਆਂ ਵਾਂਗ ਚਮਕ ਰਹੇ ਸਨ। ਕਈ ਉਦਮੀ ਕਿਸਾਨ ਆਪਣੇ ਸੀਰੀ ਜਾਂ ਦਿਹਾੜੀਏ ਨੂੰ ਨਾਲ ਲੈ ਕੇ ਖੇਤਾਂ ਵੱਲ ਨੂੰ ਆਉਂ ਪਏ ਸਨ। ਦੇਖ ਬੀਠਾ ਕਰ ਸਿਆਂ। ਜਗਮੀਤ ਨੇ ਠੀਕੇ ਦਾ ਪੂਰਾ ਨਾਂ ਲਿਆ। ਪਿੰਡ ਮੇਰੀ ਜੜ੍ਹ ਜੜ ਧਰਤੀ 'ਚ ਰਹਿ ਜਾਂਦੀ ਆ ਤੇ ਬਿਰਖ ਕਿਤੇ ਦੀ ਕਿਤੇ ਪਹੁੰਚ ਜਾਂਦਾ ਓੰਜ ਵੀ ਜਿਵੇਂ ਗੋਦੜੀ ਦੇ ਤੇ ਫਰੀਦ ਆ ਡੱਡ ਹੋ ਕੇ ਦੋਨੋਂ ਹੀ ਖੱਜਲ ਖਵਾਰ ਹੋਏ ਸੀ ਬਿਰਖ ਤੇ ਜੜ ਵੀ ਇੱਕ ਦੂਜੇ ਬਿਨਾ ਕਿਦਰੇ ਦੇ ਨਹੀਂ ਰਹਿੰਦੇ ਜਗਮੀਤ ਅਜੇ ਬੋਲ ਹੀ ਰਿਹਾ ਸੀ ਕਿ ਠੀਕੇ ਨੇ ਵਿਚਾਲੇ ਹੁਣ ਟੋਕ ਤਾਂ ਜਰਾ ਇਹ ਗੱਲ ਵਿਸਥਾਰ ਨਾਲ ਦੱਸ ਬੰਬਾ ਮਾਰੇ ਤਾਂ ਖੈਰ ਮੈਂ ਵੀ ਜਾਣਦਾ ਲੈ ਸੁਣ ਜੇ ਜੜ ਸੁੱਕ ਜਾਏ ਤਾਂ ਬਿਰਖ ਵੀ ਸੁੱਕ ਜਾਂਦਾ ਜਗਮੀਤ ਨੇ ਬੋਲਣਾ ਸ਼ੁਰੂ ਕੀਤਾ ਠੀਕ ਹੈ ਅਮਲੀ ਨੇ ਹੰਗਾਰਾ ਭਰਿਆ ਉਸੇ ਤਰ੍ਹਾਂ ਜੇ ਬਿਰਖ ਨੂੰ ਉਪਰੋਂ ਕੱਟ ਦਈਏ ਜੜਵੀ ਧਰਤੀ ਦੀ ਗੱਲ ਛੱਡ ਜਾਂਦੀ ਹੈ ਬਿਲਕੁਲ ਠੀਕ ਅਮਲੀ ਨੇ ਫੇਰ ਹੁੰਗਾਰਾ ਭਰਿਆ ਇਸੇ ਤਰ੍ਹਾਂ ਦੀ ਕਥਾ ਗੋਦੜੀ ਤੇ ਬਾਬਾ ਫਰੀਦੀਆ ਜਗਮੀਤ ਨੇ ਠਾਕਰ ਸਿੰਘ ਅਮਲੀ ਨੂੰ ਦੱਸਿਆ ਇੰਨੇ ਨਾਲ ਗੱਲ ਨਹੀਂ ਜੇ ਬੰਨੀ ਮੈਨੂੰ ਪੂਰੀ ਸਾਖੀ ਸੁਣਾ ਠੀਕੇ ਨੇ ਆਪਣੀ ਜਗਿਆਸਾ ਪ੍ਰਗਟ ਕੀਤੀ ਲੈ ਸੁਣ ਲੈ ਫਿਰ 13ਵੀਂ ਸਦੀ ਈਸਵੀ ਦੇ ਪਹਿਲੇ ਦਹਾਕੇ ਦੀ ਗੱਲ ਆ ਸ਼ੇਖ ਫਰੀਦ ਦੋ ਦਿਨ ਚਿਸ਼ਤੀ ਦੇਸ਼ੇ ਘੁੰਮਦੇ ਘੁੰਮਦੇ ਦਿੱਲੀ ਤੋਂ ਪਾਕਪਟਨ ਜਾ ਰਹੇ ਸੀ ਹੁਣ ਫਰੀਦਕੋਟ ਦੇ ਬਾਹਰਲੇ ਪਾਸੇ ਕੋਟਕਪੂਰੀ ਵੱਲੋਂ ਆਉਂਦੇ ਆਂ ਜੋੜੀਆਂ ਨਹਿਰਾਂ ਕੋਲ ਜੋ ਮਾਈ ਗੋਦੜੀ ਸਾਹਿਬ ਗੁਰਦੁਆਰਾ ਹੈ ਇੱਥੇ ਆ ਕੇ ਫਰੀਦ ਜੀ ਵਿਸ਼ਰਾਮ ਕਰਨ ਲਈ ਇੱਕ ਦਰਖਤ ਹੇਠ ਬੈਠ ਗਏ ਵਿਸ਼ਰਾਮ ਕਰਨ ਤੋਂ ਬਾਅਦ ਫਕੀਰਾਂ ਦੀ ਨਿਸ਼ਾਨੀ ਗੋਦੜੀ ਨੂੰ ਉੱਥੇ ਭੁੱਲ ਕੇ ਸ਼ਹਿਰ ਵੱਲ ਤੁਰ ਪਏ ਉਨੇ ਦਿਨੀ ਫਰੀਦਕੋਟ ਦਾ ਰਾਜਪੂਤ ਪੱਟੀ ਹੁਕਮਰਾਨ ਮੋਕਲਸੀ ਫਰੀਦਕੋਟ ਦੇ ਕਿਲੇ ਦੀ ਉਸਾਰੀ ਕਰਵਾ ਰਿਆ ਸੀ। ਉਹਨੇ ਇਸ ਸ਼ਹਿਰ ਦਾ ਨਾਮ ਆਪਣੇ ਨਾਂ ਉੱਤੇ ਮੁਕਲਹਰ ਰੱਖਿਆ ਸੀ। ਇਸ ਸ਼ਹਿਰ ਦੇ ਨੇੜੇ ਤੇੜੇ ਉਦੋਂ ਹੁਣ ਵਾਂਗ ਚਹਿਲ ਪਹਿਲ ਨਹੀਂ ਸੀ। ਸ਼ਾਇਦ ਫਰੀਦਕੋਟ ਦੇ ਨੇੜਲੇ ਇਲਾਕੇ ਦੇ ਮੋਢੀ ਪਿੰਡ ਕੰਮਿਆਣਾ ਦੀ ਮੋਢੀ ਉੱਤੋਂ ਉਦੋਂ ਤੱਕ ਗੱਡੀ ਜਾ ਚੁੱਕੀ ਸੀ। ਬਾਬਾ ਫਰੀਦ ਜਦੋਂ ਸ਼ਹਿਰ 'ਚ ਦਾਖਲ ਹੋਏ ਤਾਂ ਰਾਜੇ ਦੇ ਕਰਿੰਦਿਆਂ ਨੇ ਹੋਰਨਾਂ ਲੋਕਾਂ ਵਾਂਗ ਉਹਨਾਂ ਨੂੰ ਵੀ ਫੜ ਕੇ ਕਿਲਾ ਬਣਾਉਣ ਦੀ ਵਗਾਰ ਚ ਲਾਤਾ। ਉਨਾਂ ਕੋਲ ਫਕੀਰਾਂ ਦੀ ਨਿਸ਼ਾਨੀ ਗੋਦੜੀ ਨਾ ਹੋਣ ਕਾਰਨ ਮੁਲਾਜ਼ਮਾਂ ਨੇ ਬਾਬਾ ਜੀ ਨੂੰ ਕੋਈ ਸਧਾਰਨ ਵਿਅਕਤੀ ਸਮਝ ਲਿਆ। ਉਧਰ ਪਸ਼ੂ ਡੰਗਰ ਚਾਰ ਦੇ ਬੱਚਿਆਂ ਨੇ ਬਾਬਾ ਜੀ ਦੀ ਗੋਦੜੀ ਨੂੰ ਸਧਾਰਨ ਕੱਪੜਾ ਸਮਝ ਕੇ ਉਹਦੀ ਗੇਂਦ ਬਣਾ ਲਈ ਤੇ ਦਰਖਤਾ ਨਾਲ ਮੋٹے ਟਾਣੇ ਤੋੜ ਕੇ ਬਣਾਈਆਂ ਖੁੰਡੀਆਂ ਨਾਲ ਉਹ ਖੁਦੋ ਖੁੰਡੀ ਖੇਡਣ ਲੱਗ ਪਏ। ਗੱਲ ਪਈ ਕੁਝ ਪੱਲੇ ਕਿ ਨਹੀਂ ਜਗਮੀਤ ਨੇ ਠੀਕੇ ਨੂੰ ਹਿਲਾਉਣਿਆ। ਨਸ਼ੇ ਦੇ ਤਰਾਰੇ ਪੂਰੇ ਵੱਜੇ ਆ ਗੱਲ ਸਮਝ ਹੁਣ ਨਾ ਪਈ ਤਾਂ ਕਦੋਂ ਪਈ। ਫਰੀਦ ਜੀ ਤੇ ਗੋਦੜੀ ਦਾ ਆਪੋ ਚ ਜੜ ਤੇ ਬਿਰਖ ਵਾਲਾ ਸਬੰਧ ਸੀ ਦੋਵੇਂ ਜੁਦਾ ਹੋਏ ਕਸ਼ਟ ਭੋਗੇ ਜੇ ਨਾਲ-ਨਾਲ ਰਹਿੰਦੇ ਤਾਂ ਨਾ ਡਾਂਗਰੀ ਗੋਦੜੀ ਨੂੰ ਖਿੱਦੋ ਬਣਾ ਕੇ ਖੇਡਦੇ ਤੇ ਨਾ ਫਰੀਦ ਸਾਹਿਬ ਨੂੰ ਵਗਾਰ ਤੇ ਫੜ ਕੇ ਲਾਇਆ ਜਾਂਦਾ ਠੀਕੇ ਨੇ ਜਗਮੀਤ ਵਾਲ ਦੇਖਦੇ ਆ ਅੱਖ ਦਬਤੀ ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਇੰਨਾ ਵੀ ਲੱਲੂ ਨਹੀਂ ਆ ਪਰ ਉਹਨਾਂ ਦੇ ਇਸ ਘਟਨਾ ਨੇ ਬਾਬਾ ਫਰੀਦ ਦਾ ਨਾਂ ਸਦਾ ਲਈ ਇਸ ਸ਼ਹਿਰ ਨਾਲ ਜੋੜਤਾ ਰਾਜਾ ਮੁਕਲਸੀ ਨੂੰ ਜਦ ਬਾਬਾ ਜੀ ਬਾਰੇ ਪੂਰੀ ਜਾਣਕਾਰੀ ਮਿਲੀ ਤਾਂ ਉਹਨੇ ਕਦਮਾਂ 'ਚ ਸਿਰ ਰੱਖ ਕੇ ਮਾਫੀ ਮੰਗੀ ਅਰਜ਼ ਕੀਤੀ ਬਾਬਾ ਜੀ ਇਹ ਸ਼ਹਿਰ ਆਬਾਦ ਨਹੀਂ ਹੁੰਦਾ ਕੋਈ ਉਪਾਅ ਦੱਸੋ ਬਾਬਾ ਜੀ ਨੇ ਕਿਹਾ ਸ਼ਹਿਰ ਦਾ ਨਾਂ ਸਹੀ ਨਹੀਂ ਹੈ ਮੋਕਲਾ ਦਾ ਅਰਥ ਹੁੰਦਾ ਖੁੱਲਾ ਤੂੰ ਤਾਂ ਪਹਿਲਾਂ ਹੀ ਤਾਂ ਵੀ ਟੱਲੀ ਆਬਾਦੀ ਹੋਣ ਵਰਗਾ ਮੋਕਲ ਹਰ ਰੱਖ ਲਿਆ ਬਾਬਾ ਜੀ ਹੁਣ ਕੀ ਕਰਾਂ ਮੋਕਲਸੀ ਨੇ ਬਾਬਾ ਫਰੀਦ ਤੋਂ ਸਲਾਹ ਮੰਗੀ ਸ਼ਹਿਰ ਦਾ ਨਾਂ ਬਦਲਦੇ ਪੂਰਨ ਰੂਪ ਚ ਆਬਾਦ ਹੋਏਗਾ ਤੇ ਇਸ ਰਿਆਸਤ ਵਿੱਚ ਆਉਣ ਵਾਲਾ ਸਮਾਂ ਵੱਡੀਆਂ-ਵੱਡੀਆਂ ਹਸਤੀਆਂ ਨੂੰ ਜਨਮ ਦੇਗਾ। ਇਸ ਸ਼ਹਿਰ ਦਾ ਨਾਂ ساری ਦੁਨੀਆ ਜਾਣੇਗੀ। ਬਾਬਾ ਜੀ ਨੇ ਪਰਵਚਨ ਕੀਤਾ। ਬਾਬਾ ਜੀ ਮੈਨੂੰ ਆਗਿਆ ਦਿਓ। ਮੈਂ ਇਸ ਸ਼ਹਿਰ ਦਾ ਨਾਂ ਤੁਹਾਡੇ ਨਾਂ ਤੇ ਫਰੀਦਕੋਟ ਰੱਖਣਾ ਚਾਹਨਾ। ਰਾਜਾ ਮੋਕਲਸੀ ਨੇ ਸਿਰ ਝੁਕਾ ਕੇ ਅਰਜ਼ ਕੀਤੀ। ਤੁਸੀਂ ਇਹ ਨਾਂ ਰੱਖ ਸਕਦੇ ਹੋ ਸ਼ੇਖ ਫਰੀਦ। ਉਹ ਦਿਨ ਚਿਸ਼ਤੀ ਜੋ ਕਿ ਸੂਫੀ ਫਕੀਰ ਹੋਣ ਦੇ ਨਾਲ ਦਿੱਲੀ ਦੇ ਬਾਦਸ਼ਾਹ ਬਲਬਨ ਦਾਜਵਾਈ ਵੀ ਸੀ ਨੇ ਆਪਣੀ ਸਹਿਮਤੀ ਦੇ ਦਿੱਤੀ। ਠਾਕਰ ਸਿੰਘ ਇਸਨਾ ਆਪਣੇ ਪਿੰਡ ਨੇੜਲਾ ਸ਼ਹਿਰ ਮੋਕਲ ਹਰ ਤੋਂ ਫਰੀਦਕੋਟ ਬਣ ਗਿਆ ਹੁਣ ਤੂੰ ਸਮਝ ਗਿਆ ਹੋਏਗਾ ਕਿ ਜਗਮੀਤ ਨਾਂ ਦਾ ਇਹ ਬਿਰਖ ਇਸ ਪਿੰਡ ਨਾਲ ਜੁੜਿਆ ਰਹਿ ਕੇ ਹੀ ਹਰ ਹੈ ਮੇਰਾ ਆਪਣਾ ਪਰਿਵਾਰ ਭਾਵੇਂ ਮੈਥੋਂ ਮੂੰਹ ਫੇਰਦਾ ਹੈ ਪਰ ਇਹ ਸਾਰਾ ਪਿੰਡ ਹੀ ਮੇਰਾ ਪਰਿਵਾਰ ਹੈ ਮੇਰੀ ਜੜ ਜਗਮੀਤ ਦੀਆਂ ਅੱਖਾਂ ਦੇ ਕੋਈ ਸਿੱਲੇ ਹੋ ਗਏ ਬਾਕੀ ਜੋ ਤੂੰ ਬੰਬਾਂ ਤੋਂ ਡਰਨ ਦੀ ਗੱਲ ਕਰਦਾ ਉੱਡਦੇ ਜਹਾਜ਼ ਕਿਤੇ ਵੀ ਸੁੱਟ ਸਕਦੇ ਆ ਜਗਮੀਤ ਨੇ ਅਮਲੀ ਦੇ ਸਵਾਲ ਦਾ ਸਿਰਾ ਲਾਉਂਦਿਆਂ ਗਿਆ ਚੰਗਾ ਵੀ ਮੱਲਾ ਮੈਂ ਚੱਲਦਾ ਮੈਂ ਤਾਂ ਘਰੇ ਕੱਡੂੰਗਾ ਮੋਰਚਾ ਪੱਟ ਕੇ ਝੁੱਗੀ ਜੀ ਬਣਾ ਲਈ ਆ ਤੇ ਆਪਣੀ ਮੰਜੀ ਉਸੇ ਚ ਡਾ ਲਈ ਆ ਲੋਕ ਸੰਪਰਕ ਵਾਲੇ ਇੱਕ ਫਿਲਮ ਵਖਾ ਕੇ ਗਏ ਸੀ ਵੀ ਬੰਬਾ ਤੋਂ ਕਿਵੇਂ ਬਚੀਏ ਆਪਾਂ ਤਾਂ ਉਹਦੇ ਤੇ ਪੂਰਾ ਅਮਲ ਕੀਤਾ ਹੁਣ ਪੁੱਟੋ ਮੇਰਾ ਫਲਾਂ ਥੋਕ ਨਹੀਂ ਪੱਟ ਸਕਦਾ ਅਮਲੀ ਲੋਰ ਚ ਪੁੱਠਾ ਸਿੱਧਾ ਬੋਲ ਗਿਆ ਠੀਕਾ ਅਮਲੀ ਅੱਗੇ ਲੰਘ ਗਿਆ ਤੇ ਜਗਮੀਤੀਆਂ ਸੋਚਾਂ ਪਿੱਛੇ ਵੱਲ ਮੁੜ ਗਈਆਂ ਅੱਜ ਤੋਂ 15 ਸਾਲ ਪਹਿਲਾਂ ਠਾਕਰ ਸਿੰਘ ਦਾ ਵਿਆਹ ਹੋਇਆ ਸੀ ਉਂ ਤਾਂ ਠੀਕ ਵੀ ਠੀਕਾ ਵੀ ਚੰਗਾ ਬਣਦਾ ਤਣ ਦਾ ਗੱਭਰੂ ਸੀ ਪਰ ਠੀਕੇ ਦੀ ਪਤਨੀ ਉਹ ਤੋਂ 1-2 ਇੰਚ ਲੰਬੀ ਜਰਵਾਣੀ ਤੀਵੇਂ ਸੀ ਚਾਚਾ ਮੇਰੀ ਕੁਸਮਸਿਆ ਦਾ ਹੱਲ ਕੱਢ ਇੱਕ ਦਿਨ ਸ਼ਾਮ ਨੂੰ ਖੇਤੋਂ ਆਉਂਦੇ ਗਿੰਦੇ ਅਮਲੀ ਨੂੰ ਠੀਕੇ ਨੇ ਕਿਹਾ ਕਿਉਂ ਹੱਲ ਕੱਢਣ ਨੂੰ ਮੈਂ ਗਿਆਨੀ ਜੈਲ ਸਿੰਘ ਵੀ ਸਾਰਾ ਰਾਜ ਮੇਰੇ ਅਧੀਨ ਗਿੰਦਾ ਉਰਫ ਗਿੰਦਰ ਸਿੰਘ ਲੋਰਚ ਬੋਲਿਆ ਉਹ ਚਾਚਾ ਸਿਆ ਇਹ ਮਸਲੇ ਗਿਆਨੀ ਜੈਲ ਸਿੰਘ ਅਰਗਿਆਂ ਦੇ ਨਹੀਂ ਤੇਰੇ ਅਰਗਿਆਂ ਦੇ ਹੱਲ ਕਰਨ ਦੇ ਹੁੰਦੇ ਆ ਠੀਕ ਹੈ ਨੇ ਅਸਮਾਨੀ ਉੱਡਦੀ ਗਿੰਦਰ ਸਿੰਘ ਦੀ ਸੋਚ ਨੂੰ ਧਰਤੇ ਉਤਾਰਿਆ ਆਪਣੀ ਮੁਸ਼ਕਲ ਦੱਸ ਗਿੰਦਰ ਨੇ ਸਿੱਧੀ ਗੱਲ ਕੀਤੀ ਚਾਚਾ ਸੇ ਮੁਸ਼ਕਲ ਇਹ ਆ ਵੇ ਜੀ ਮੈਂ ਜਦ ਤੇਰੀ ਨੂੰਹ ਕੋਲ ਜਾਣਾ ਤੇ ਮੇਰੀ ਝੋਲੀ ਚੋਂ ਬੇਰ ਸਿਕੰਟਾਂ ਚ ਡੁੱਲ ਜਾਂਦੇ ਆ ਠੀਕ ਹੈ ਨੇ ਸ਼ਰਮ ਨਾਲ ਨੀਵੀਂ ਪਾ ਕੇ ਆਪਣੀ ਗੱਲ ਪੂਰੀ ਕੀਤੀ ਤੇ ਆ ਕਾਲੀ ਨਾਗਣੀ ਕਾਦੇ ਲਈ ਬਣੀ ਆ ਲੈ ਕਣਕ ਦੇ ਦਾਣੇ ਕ ਜਿਨੀ ਅੱਜ ਰਾਤ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਚਾਹ ਨਾਲ ਲੈ ਲਈ ਫਿਰ ਮੈਨੂੰ ਸਵੇਰੇ ਦੱਸੇ ਵੀ ਕੀ ਫਰਕ ਪਿਆ ਗਿੰਦਰ ਨੇ ਮومی ਕਾਗਜ਼ 'ਚੋਂ ਥੋੜੀ ਜੀ ਅਫੀਮ ਕੱਢ ਕੇ ਠੀਕੇ ਦੀ ਤਲੀ ਤੇ ਧਰਤੀ ਠੀਕੇ ਦੇ ਬੇੜ ਤਾਂ ਝੋਲੀ 'ਚੋਂ ਦੇਰ ਨਾਲ ਡੁੱਲ੍ਹਣੀ ਸ਼ੁਰੂ ਹੋ ਗਈ ਪਰ ਉਹ ਕਣਕ ਦੇ ਦਾਣੇ ਜਿੰਨੀ ਫੀਮ ਤੋਂ ਸ਼ੁਰੂ ਕਰਕੇ ਮੱਕੀ ਦੇ ਦਾਣੇ ਜਿੰਨੀ ਖਾਣ ਤੱਕ ਪਹੁੰਚ ਗਿਆ ਤੇ 3-4 ਸਾਲਾਂ ਪਿੱਛੋਂ ਹੀ ਉਹ ਕੋਰੀ ਬਣ ਕੇ ਰਹਿ ਗਿਆ ਤੇ ਉਹਦੀ ਘਰ ਵਾਲੀ ਜਲ ਕਰਨੇ ਆਪਣੇ ਕੁਵਾਰੇ ਦਿਓਰ ਮੀਤੇ ਤੇ ਜਲ ਛਿੜਕਣਾ ਸ਼ੁਰੂ ਕਰ ਦਿੱਤਾ ਪਿੰਡ ਵਾਲੇ ਭਲੀ ਭਾਂਤ ਜਾਣਦੇ ਐ ਕਿ ਸਰਕਾਰੀ ਰਜਿਸਟਰ 'ਚ ਭਾਵੇਂ ਠਾਕੁਰ ਸਿੰਘ ਦੇ ਪੰਜ ਨਿਆਣੇ ਲਿਖੇ ਐ ਪਰ ਅਸਲ 'ਚ ਪਹਿਲਾ ਮੁੰਡਾ ਤੇ ਕੁੜੀ ਠੀਕੇ ਦੀ ਔਲਾਦ ਐ ਬਾਕੀ ਸਭ ਚਾਚੇ ਦੀ ਕਰਾਮਾਤ ਠੀਕੇ ਨੇ ਵੀ ਇਸ ਵਰਤਾਰੇ ਨੂੰ ਭਾਣੇ ਵਾਂਗ ਮੰਨ ਲਿਆ ਮੀਤੇ ਨੇ ਵਿਆਹ ਨਹੀਂ ਕਰਵਾਇਆ ਤੇ ਦੋਵੇਂ ਭਰਾ ਦਾਦੀਆਂ ਲਾਂਵੀ ਸਤ ਕੁਮਾਰ ਜ਼ਮੀਨ ਉੱਪਰ ਰਲ ਮਿਲ ਕੇ ਗੁਜ਼ਾਰਾ ਕਰੀ ਜਾਂਦੇ ਐ ਧੰਨਵਾਦ ਚਲਦਾ